भाई आखिरी गल ये पाकिस्तान जो बना ना रमेश जी तुम दसो बनया कलमी के ना दे कलमी ना दे बना पाकिस्तान का मतलब क्या दस्तूरी रियासत क्या होगा ਵਜ਼ਾਰਤ ਦਿੰਦੀ
ਉਸ
ਕਰੇ। ਖੁਦਾ ਕੋ ਜਨਾਬ ਤੁਸੀਂ ਪਾਬੰਦ ਹੋ, ਇੱਥੇ ਸਾਇਨ ਕਰੋ, ਮੈਂ ਗਿਣ ਕੇ ਬੈਠਾ। ਅਗਰ ਖੁਦਾ ਨਾ ਖਾਸਾ ਮੈਂ ਪੋਲਿੰਗ ਸਟੇਸ਼ਨ ਤੇ ਇਨਸ਼ਾਅੱਲਾ ਇਸ ਤਰੀਕੇ ਜਾਈ ਵੀ ਹਾਰ ਨਹੀਂ ਹੈ, ਲੇਕਿਨ ਅੱਲਾ ਨਾ ਕਰੇ ਕਿਸੇ ਪੋਲਿੰਗ ਸਟੇਸ਼ਨ ਤੇ ਕੋਈ ਹਾਰ ਵੀ ਆ ਜਾਏ। ਹਾਰ ਤਾਂ ਨਹੀਂ ਜਿਵੇਂ ਜਣਾ ਲੰਮਾ ਪੈ ਰਹੇ। 2012 ਮੈਂ ਹਾਰਿਆ, 13 ਚ ਹਾਰਿਆ, 18 ਚ ਹਾਰਿਆ, 24 ਵੀ ਮੈਦਾਨ ਅਮਲ ਗਿਆ, ਕੋਈ ਸੁਣੀ ਘਬਰਾਏ ਨਹੀਂ। ਅਗਰ ਕਹਿ ਪੋਲਿੰਗ ਸਟੇਸ਼ਨ ਤੇ ਥੋੜੀ ਬਹੁਤ ਫਰਕ ਲੱਗ ਜਾਏ, ਹਾਰ ਵੀ ਆ ਜਾਏ, ਆਪਣਾ ਰਿਜ਼ਲਟ ਦਿੰਦੇ ਆ ਨਾ, ਰਿਜ਼ਲਟ ਤੋਂ ਬਗੈਰ ਸੋਭਾ ਨਹੀਂ ਮਿਲਣਾ। ਉਸ ਜਿਹੜਾ ਉੱਥੇ ਤੁਹਾਡੇ ਕੋਲ ਰਿਜ਼ਲਟ ਉੱਥੇ ਸਾਹਿਬ ਹੋਣ, ਇੱਕ ਐਸਾ ਪ੍ਰੋਗਰਾਮ ਰੱਖਿਆ ਰਾਵਤ ਥੋੜੇ ਜਾ ਕੇ ਪਿਆਣਾ ਗਿਆ, ਪਿਆਣੇ ਨਾਲ ਇੱਕ ਬੜੀ ਮਾਰਕੀ, ਉਸ ਮਾਰਕੀ ਦੇ ਅੰਦਰ ਕਹਿ ਦੇ ਕਿ ਇਸੇ ਤਰ੍ਹਾਂ ਭਰਪੂਰ ਸਾਰਾ ਉਠਾਣਾ ਨੇ ਦਵਤ ਆਮ ਹੈ। ਕੱਲ੍ਹ ਸੁਬਹ 10 ਵਜੇ 11 ਵਜੇ ਮਤਲਬ 11 ਵਜੇ ਤੱਕ ਕੌਣ ਪਹੁੰਚੋ, ਤਾਂ ਕਿ ਘੰਟਾ ਲਾ ਕੇ ਅਸੀਂ ਕੰਮ ਮੁਕਾ ਦੇਈਏ। ਔਰ ਉੱਥੇ ਅਸੀਂ ਜਿਹੜਾ ਜਲਸਾ ਹੋ ਸੀ ਇਨਸ਼ਾਅੱਲਾ, ਪਹਿਲੀ ਤਾਰੀਖ ਅਮੀਰ ਮੁਹੱਤਰਮ ਨੇ ਡਰਨਾ ਲਾਣਾ, ਉਸ ਤੋਂ ਬਾਅਦ ਕਿਉਂਕਿ ਬਹੁਤ ਸਾਰੇ ਮਿਹਰਬਾਨ ਆਖਣ ਬਾਈ ਅਮੀਰ ਮੁਹੱਤਰਮ ਜਿਹੜਾ ਲਾਹੌਰ ਆਨੰਦ ਦੇ ਜਾਸਨ ਨਹੀਂ ਦਿਵੰਦ ਕਰ ਬੈਠਾ ਤੇ ਕਦਰ ਮੈਂ ਆਪਾਂ ਅਮੀਰ ਮੋਦਨ ਦੇ ਇਹ ਜਿਆਦਾ ਮੇਰੇ ਹੋਣਾ ਹੈ ਜਾਣ ਦੀ ਲੋੜ ਵੀ ਨਹੀਂ ਪੈਣ ਲੱਗੀ, ਤੁਹਾਡੀ ਜਾਣੀ ਤੇ ਮੈਂ ਹੀ ਕਾਫੀ ਹਾਂ। ਅਮੀਰ ਮੋਦਨ ਦੀ ਜ਼ਰੂਰਤ ਹੀ ਜਿਆਦਾ ਨਹੀਂ ਪੈਣ ਲੱਗੀ, ਪਰ ਮੈਂ ਉਹਨਾਂ ਦੀ ਇਤਲਾਹ ਵਾਸਤੇ ਪੈਦਲ ਵੀ ਆਉਣਾ ਪਵੇ, ਤੁਰ ਉੱਡ ਕੇ ਵੀ ਆਉਣਾ ਪਵੇ ਤੇ ਤੁਰ ਕੇ ਵੀ ਆਉਣਾ ਪਵੇ, ਜੋ ਕਰਨਾ ਪਵੇ ਸਾਰੇ ਪਹੁੰਚਣਾ, ਇਹਨਾਂ ਪਤਾ ਲੱਗ ਜਾਂਦੇ ਬਈ ਲੱਭਿਆ ਕਰਨ। ਔਰ ਇਨਸ਼ਾਅੱਲਾ ਮੈਂ ਉਮੀਦ ਹੈ ਕਿ ਅੱਲਾ ਦੀ ਮਿਹਰਬਾਨੀ ਨਾਲ ਇਹ ਨਿਕਲਣਾ ਜਲਸਾ ਸਾਰਾ ਸਾਰਾ ਹਲਕਾ ਇਕੱਠਾ ਨਹੀਂ ਕਰ ਸਕਦੇ ਜਿੰਨੇ ਜਿੱਤੀ ਅਗਰ ਤੁਹਾਡੀਆਂ। ਚੱਕੀ ਵਾਲੇ ਬਾਕੀ ਕਿਹੜੀ ਕਿਹੜੇ ਕਿਹੜੇ ਕੀ ਸਾਰੇ ਮਾਮਲਾ ਉੱਥੇ ਅਸੀਂ ਡਿਸਕਸ ਕਰਸਾਂ। ਦੋ ਚੀਜ਼ਾਂ ਮੈਂ ਦੱਸ ਸਕਾਂ, ਬੋਲਿੰਗ ਡੇ ਦਾ ਦਿਹਾੜਾ ਬਹੁਤ ਅਹਿਮ ਹੈ, ਔਰ ਸਾਡੀ ਜਮਾਤ ਚਾਹਣਾ ਚਾਹੁੰਦੇ ਨੇ ਇਨਸ਼ਾਅੱਲਾ। ਇਹਨਾਂ ਤਮਾਮ ਵਾਸਤੇ ਪੈਗਾਮ ਛੋੜ ਰਿਹਾ, ਇਲਜ਼ਾਮ ਤਰਾਸ਼ੀਓ ਸੇ ਤਰਕਸ਼ ਨਿਕਲ ਗਏ ਤੋ ਫਿਰ ਕਿਆ ਹੋਗਾ, ਇਲਜ਼ਾਮ ਤਰਾਸ਼ੀਓ ਸੇ ਤਰਕਸ਼ ਨਿਕਲ ਗਏ ਤੋ ਫਿਰ ਕਿਆ ਹੋਗਾ, ਯੇ ਤੀਰ ਵੀ ਚੱਲ ਗਏ ਤੋ ਫਿਰ ਕਿਆ ਹੋਗਾ, ਇਲਜ਼ਾਮ ਤਰਾਸ਼ੀਓ ਸੇ ਬਾਦ ਆ ਜਾਓ ਹਾਲਾਤ ਬਦਲ ਗਏ ਤੋ ਫਿਰ ਕਿਆ ਹੋਗਾ। ਔਰ ਆਖਰੀ ਗੱਲ, ਕਿਤਾਬ ਸਾਦਾ ਰਹੇਗੀ ਕਦੇ ਆ ਨੌਜਵਾਨ ਸੁਣ ਔਰ ਸੁਣ ਜਿਨ੍ਹਾਂ ਬਸਤੀ ਉਜਾੜ ਡਾਲੀ ਕਭੀ ਤੋ ਉਨਕਾ ਹਿਸਾਬ ਹੋਗਾ। ਸਬੂਤੇ ਸਾਰਾ ਮੈਂ ਬਸਨੇ ਵਾਲੋ ਜ਼ਰਾ ਰੁਕੋ ਕਾ ਮਿਜ਼ਾਜ ਸਮਝੋ, ਸਬੂਤੇ ਸਾਰਾ ਮੈਂ ਬਸਨੇ ਵਾਲੋ ਜ਼ਰਾ ਰੁਕੋ ਕਾ ਮਿਜ਼ਾਜ ਸਮਝੋ, ਅਭੀ ਤੇ ਇਤਨੀ ਘੁਟਨ ਬੜੇ ਵੀ ਕੇ ਸਮਝ ਲੈਣਾ ਮਾਜ਼ਾ।